मुर्दाबाद, करनाल एसपी मुर्दाबाद। करनाल च किसानां दे किते लाठी चार्ज विच जिथे बहुत सारे किसान जख्मी होए ने, उत्थे ही एक किसान शहीद हो गया। अते इस मामले च अकाल यूथ दी टीम वल्लों करनाल दे कल्पना चावला हस्पताल विखे जख्मी किसानां अते संघर्ष दौरान अख दी रोशनी गवाउण वाले भाई गुरजंट सिंह दे नाल मुलाकात कीती गई। इस दौरान अकाल यूथ दे आगू भाई जसविंदर सिंह राजपुरा ने दस्सिया कि भाई गुरजंट सिंह ते तशद्दद करन मामले च हरियाणा पुलिस ने मुगलां अते अंग्रेजां नूं भी पिछे छड्ड दित्ता है, क्योंकि उन्हां नूं बेहोश होण उपरंत भी डांगां दे नाल कुट्टिया गया, पर हले तक किसी भी पुलिस अफसर ते किसी भी तरह की कोई कार्रवाई नहीं की गई ते मुल्क दी सरकार ते मुल्क दे लोकां ते तशद्दद करन ते लगी हुई है। समूह सिख संगत नूं पता कि थोड़े दिन पहला करनाल विखे किसानां वल्लों एक बहुत वड्डा इत्थे रोस मार्च किया जा रहा है, बीजेपी का विरोध किया जा रहा है, जिस कारण करनाल पुलिस वल्लों प्रशासन वल्लों एसटीएम वल्लों जिहड़े नौजवान सीगे किसान विरोध कर रहे उन्हां दी बड़े बुरे तरीके दे नाल कुट्टमार कीती। उस संबंध च असीं अकालीयूथ वल्लों अकालीयूथ दी समुची टीम है जिहड़ी ਉਹ ਅੱਜ ਕਰਨਾਲ ਵਿਖੇ ਜਿਹੜੇ ਜ਼ਖਮੀ ਹੋਏ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਕਰਨ ਆਈ ਸੀ। ਦੇਖੋ ਕਿੰਨੀ ਅਜੀਬ ਗੱਲ ਹੈ ਕਿ ਇੱਕ ਪਾਸੇ ਤਾਂ ਮੁਲਕ ਦਾ ਪ੍ਰਧਾਨ ਮੰਤਰੀ ਉਦਘਾਟਨ ਕਰ ਰਿਹਾ ਜਲੀਆਂ ਵਾਲੇ ਬਾਗ ਦੇ ਨਵੀਨੀਕਰਨ ਦਾ, ਅਤੇ ਦੂਜੇ ਪਾਸੇ ਕਰਨਾਲ ਸ਼ਹਿਰ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਵੱਲੋਂ ਉਹਨਾਂ ਦੀ ਪੁਲਿਸ ਵੱਲੋਂ ਜਲੀਆਂ ਵਾਲੇ ਬਾਗ ਦਾ ਜਿਹੜਾ ਕਾਂਡ ਵਾਪਰਿਆ ਸੀਗਾ, ਤਸ਼ੱਦਦ ਵਾਪਰਿਆ ਸੀਗਾ, ਉਸੇ ਤਰੀਕੇ ਦਾ ਇੱਕ ਕਾਂਡ ਕਰਨਾਲ ਸ਼ਹਿਰ ਵਿੱਚ ਕੀਤਾ ਜਾ ਰਿਹਾ ਸੀਗਾ। ਇੱਕ ਪਾਸੇ ਜਲੀਆਂ ਵਾਲੇ ਬਾਗ ਦਾ ਨਵੀਨੀਕਰਨ ਕੀਤਾ ਜਾ ਰਿਹਾ, ਦੂਜੇ ਪਾਸੇ ਜਲੀਆਂ ਵਾਲੇ ਬਾਗ ਦਾ ਜਿਹੜਾ ਕਾਂਡ ਹੈ ਉਹ ਦੁਹਰਾਇਆ ਜਾ ਰਿਹਾ, ਜਿਨ੍ਹਾਂ ਨੂੰ ਇਹ ਕਹਿੰਦੇ ਆਪਣਾ ਭਾਰਤ ਮੁਲਕ ਉਸੇ ਮੁਲਕ ਦੇ ਲੋਕਾਂ ਦੇ ਖਿਲਾਫ਼। ਸੋ ਬੜੀ ਮੰਦਭਾਗੀ ਗੱਲ ਹੈ। ਇੱਥੇ ਜਿਹੜੇ ਨੌਜਵਾਨ ਗੁਰਜੰਟ ਸਿੰਘ ਜੀ ਨੇ ਉਹਨਾਂ ਨੂੰ ਮਿਲ ਕੇ ਮਤਲਬ ਇੱਕ ਗੱਲ ਪਤਾ ਲੱਗੀ ਹੈ ਕਿ ਜਿਹੜਾ ਤਸ਼ੱਦਦ ਸਾਡੇ ਨਾਲ ਮੁਗਲਾਂ ਸਮੇਂ ਹੋਇਆ, ਉਸ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ ਹੋਇਆ, ਉਹੀ ਤਸ਼ੱਦਦ ਅੱਜ ਵੀ ਸਾਡੇ ਨਾਲ ਜਾਰੀ ਹੈ। ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਜਿਹੜੀ ਗੱਲ ਮੈਂ ਅੱਗੇ ਦੱਸਣ ਲੱਗਿਆ ਕਿ ਉਸ ਸਿੱਖ ਨੌਜਵਾਨ ਦੇ ਨਾਲ ਕਿੰਨਾ ਤਸ਼ੱਦਦ ਕੀਤਾ ਗਿਆ, ਪਹਿਲਾਂ ਉਹਦੇ ਡਾਂਗਾਂ ਵਰਾਈਆਂ ਗਈਆਂ, ਉਹਨੂੰ ਘੇਰ ਕੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ, ਉਸ ਤੋਂ ਬਾਅਦ ਉਹਦੀ ਅੱਖ ਅਤੇ ਨੱਕ ਦੇ ਵਿਚਾਲੇ ਇੱਕ ਜ਼ੋਰਦਾਰ ਤਰੀਕੇ ਦੇ ਨਾਲ ਪੁਲਿਸ ਵੱਲੋਂ ਡਾਂਗ ਮਾਰੀ ਗਈ। ਉਸ ਤੋਂ ਬਾਅਦ ਉਹ ਡਿੱਗ ਕੇ ਬੇਹੋਸ਼ ਹੋ ਗਿਆ। ਬੇਹੋਸ਼ ਹੋਣ ਤੋਂ ਬਾਅਦ ਕੁਛ ਸਮਾਂ ਉਹ ਡਿੱਗਿਆ ਰਿਹਾ, ਉਸ ਤੋਂ ਬਾਅਦ ਉੱਠਿਆ, ਉਹ ਬੋਲੇ ਸੋ ਨਿਹਾਲ ਦੇ ਜਕਾਰੇ ਲਾਉਣ ਲੱਗਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਲੱਗਾ ਅਤੇ ਕਿਸਾਨ ਜਿੰਦਾਬਾਦ ਦੇ ਨਾਅਰੇ ਲਾਉਣ ਲੱਗਿਆ, ਉਹਨੂੰ ਫੇਰ ਘੇਰਿਆ ਗਿਆ, ਉਹਨੂੰ ਘਸੀਟਿਆ ਗਿਆ, ਘਸੀਟ ਕੇ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਹੋਈ ਪਰ ਉਹ ਗੱਡੀ ਦੇ ਵਿੱਚ ਨਹੀਂ ਚੜਿਆ, ਪਰ ਹੋਰ ਪੁਲਿਸ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਉਹਨੂੰ ਗੱਡੀ 'ਚ ਸੱਟਿਆ। ਉਸ ਤੋਂ ਬਾਅਦ ਸੱਟਣ ਤੋਂ ਬਾਅਦ ਲੱਤ ਮਾਰ ਕੇ ਫਿਰ ਗੱਡੀ 'ਚੋਂ ਥੱਲੇ ਉਹਨੂੰ ਸੱਟਿਆ ਗਿਆ। ਸੋ ਇੰਨਾ ਮਤਲਬ ਉਸ ਸਿੰਘ ਦੇ ਨਾਲ ਜ਼ਾਲਮਾਨਾ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ, ਇੰਨਾ ਮਾੜਾ ਤਸ਼ੱਦਦ ਕੀਤਾ ਗਿਆ, ਜਦੋਂ ਉਹਨੂੰ ਥੱਲੇ ਸੱਟਿਆ ਉਸ ਤੋਂ ਬਾਅਦ ਫਿਰ ਉਹਦੇ ਨਾਲ ਕੁੱਟਮਾਰ ਕੀਤੀ ਗਈ। ਉਹਦੇ ਪਰਿਵਾਰ ਨੂੰ ਪੁਲਿਸ ਵੱਲੋਂ ਤੰਗ ਕੀਤਾ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ, ਇਹਨੂੰ ਹਸਪਤਾਲ 'ਚ ਵੀ ਕੀਤਾ ਗਿਆ। ਉਸ ਤੋਂ ਬਾਅਦ ਇਹ ਵੀਰ ਦੇ ਦੱਸਣ ਮੁਤਾਬਕ ਕਿ ਮੈਂ ਜਦੋਂ ਹਸਪਤਾਲ 'ਚ ਆਇਆ ਡਾਕਟਰਾਂ ਨੇ ਮੇਰੇ ਕੋਈ ਵੀ ਬੇਹੋਸ਼ੀ ਦਾ, ਪੇਨ ਕਿਲਰ ਦਾ, ਦਰਦ ਰਾਹਤ ਵਾਲਾ ਕੋਈ ਵੀ ਇੰਜੈਕਸ਼ਨ ਦਵਾਈ ਨਹੀਂ ਦਿੱਤੀ। ਇਸ ਦੇ ਨਾਲ ਵੀਰ ਨਾਲ ਜਿਹੜੇ ਨੱਕ ਦੇ ਉੱਤੇ ਟਾਂਕੇ ਸੀਗੇ ਬਿਨਾਂ ਕਿਸੇ ਦਵਾਈ ਤੋਂ ਇੰਜੈਕਸ਼ਨ ਤੋਂ ਲਾਏ ਗਏ ਨੇ। ਉਹ ਕਹਿੰਦਾ ਵੀ ਮੇਰੇ ਇੰਨਾ ਜ਼ਿਆਦਾ ਦਰਦ ਸੀ, ਮੇਰਾ ਗੁਰੂ ਸੀਗਾ ਮੇਰੇ ਸਾਹਮਣੇ, ਉਹਨੇ ਮੇਰੀ ਰੱਖਿਆ ਕੀਤੀ, ਉਹਨੇ ਮੈਨੂੰ ਸਾਰੀ ਚੀਜ਼ਾਂ ਤੋਂ ਬਚਾਇਆ ਅਤੇ ਮੈਂ ਚੜ੍ਹਦੀ ਕਲਾ 'ਚ ਰਿਹਾ। ਪੁਲਿਸ ਦਰਵਾਜ਼ੇ ਦੇ ਬਾਹਰ ਖੜ੍ਹੀ ਸੀ, ਅੰਦਰ ਮੇਰੇ ਜ਼ਬਰਦਸਤੀ ਤਰੀਕੇ ਦੇ ਨਾਲ ਮੇਰੇ ਟਾਂਕੇ ਲਾਏ ਜਾ ਰਹੇ ਸੀ, ਉਹ ਵੀ ਕਿਸੇ ਬਿਨਾਂ ਪੇਨ ਕਿਲਰ ਤੋਂ, ਬਿਨਾਂ ਦਵਾਈ ਤੋਂ। ਇੰਨਾ ਜ਼ਿਆਦਾ ਮਤਲਬ ਉਹ ਵੀਰ ਨਾਲ ਤਸ਼ੱਦਦ ਹੋਇਆ ਅਤੇ ਸਾਡੇ ਰੋਂਗਟੇ ਖੜ੍ਹੇ ਹੋ ਗਏ ਸੁਣ ਕੇ ਕਿ ਅੱਜ ਵੀ ਉਹੀ ਜਿਹੜਾ ਤਸ਼ੱਦਦ ਹੈ, ਉਹੀ ਜਿਹੜਾ ਜਨਰਲ ਡਾਇਰ ਹੈ, ਉਹੀ ਮੁਗਲੀਆ ਹਕੂਮਤ ਹੈ ਜਾਂ ਅੰਗਰੇਜ਼ ਖੋਤੀ ਹਕੂਮਤ ਸੀਗੀ, ਉਹਨਾਂ ਦੇ ਵਿੱਚ ਹੀ ਇਹਨਾਂ ਦੇ ਵਿੱਚ ਰੂਹ ਆਈ ਹੋਈ ਹੈ, ਜਿਹੜਾ ਸਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤਸ਼ੱਦਦ ਕਰ ਰਹੇ ਨੇ, ਸਾਡੇ ਉੱਤੇ ਜ਼ੁਲਮ ਕਰ ਰਹੇ ਨੇ। ਮੈਂ ਸਿੱਖ ਸੰਗਤ ਨੂੰ ਅਕਾਲ ਯੂਥ ਵੱਲੋਂ ਜ਼ਰੂਰ ਬੇਨਤੀ ਕਰਾਂਗਾ ਕਿ ਅੱਜ ਵੀ ਇਸ ਨੌਜਵਾਨ ਦਾ ਜਜ਼ਬਾ ਗੁਰੂ ਦੇ ਸਿੰਘਾਂ ਵਾਲਾ, ਉਹ ਚੜ੍ਹਦੀ ਕਲਾ 'ਚ ਹੈ, ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ, ਮੈਂ ਗੁਰੂ ਦਾ ਇੱਕ ਸਿੱਖ ਹਾਂ, ਅਤੇ ਸਾਰੀ ਕੌਮ ਨੂੰ ਅਪੀਲ ਹੈ ਕਿ ਇਹ ਸਿੰਘ ਨੂੰ ਜ਼ਰੂਰ, ਇਹ ਸਿੰਘ ਦੀ ਮਦਦ ਕੀਤੀ ਜਾਵੇ ਹਰ ਤਰ੍ਹਾਂ ਦੀ, ਅਤੇ ਤੁਹਾਨੂੰ ਅਪੀਲ ਹੈ ਕਿ ਮਦਦ ਵੀ ਬਾਅਦ ਦੀ ਗੱਲ ਆ, ਪਹਿਲਾਂ ਇਹਨੂੰ ਸਿੰਘ ਨੂੰ ਜ਼ਰੂਰ ਆ ਕੇ ਸਾਰੀ ਜਿਹੜੀ ਸੰਗਤ ਹੈ, ਸਾਰੀ ਜਥੇਬੰਦੀਆਂ ਨੇ, ਸੰਸਥਾਵਾਂ ਨੇ ਮਿਲਣਾ ਚਾਹੀਦਾ, ਤਾਂ ਕਿ ਇਸ ਵੀਰ ਨੂੰ ਇਹ ਨਾ ਲੱਗੇ ਕਿ ਕੌਮ ਇਹਦੇ ਨਾਲ ਨਹੀਂ ਆਈ, ਮੇਰੇ ਨਾਲ ਕੋਈ ਖੜਿਆ ਨਹੀਂ, ਸਮੁੱਚੀ ਕੌਮ ਇਸ ਵੀਰ ਦੇ ਨਾਲ ਖੜ੍ਹੀ ਹੈ। ਮੈਂ ਇਹਨਾਂ ਨੂੰ ਦਿਲਾਸਾ ਵੀ ਦੇ ਕੇ ਆਇਆ
सो एक बार फिर बेनती करांगा कि सिंह की जिहड़ी मदद है या उहदा सहयोग है वह जरूर किया जाए।